ਤੁਹਾਨੂੰ ਦਿਖਾ ਰਿਹਾ ਹਾਂ ਦੁਨੀਆ ਦੀ ਪ੍ਰਸਿੱਧ ਪੇਂਟਿੰਗ ਮੋਨਾਲੀਜ਼ਾ ਜੋ ਇਟਾਲੀਅਨ ਪੇਂਟਰ ਲਿਓਨਾਰਡੋ ਡਾ ਵਿੰਸੀ ਨੇ 1503 ਤੋਂ 1517 ਦੇ ਦਰਮਿਆਨ ਬਣਾਈ। ਇਹ ਪੇਂਟਿੰਗ ਫਰਾਂਸ ਦੇ ਪੈਰਿਸ ਸ਼ਹਿਰ ਦੇ ਲੂਬਰ ਮਿਊਜ਼ੀਅਮ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਵਿੱਚ ਅਸੀਂ ਹੁਣ ਦਾਖਲ ਹੋਏ ਹਾਂ। ਅਸੀਂ ਹੋਰ ਪੇਂਟਿੰਗਸ ਦੇਖਦੇ ਦੇਖਦੇ ਅੱਗੇ ਵੱਧ ਰਹੇ ਹਾਂ ਉਸ ਠਿਕਾਣੇ ਵੱਲ ਜਿੱਥੇ ਮੋਨਾਲੀਜ਼ਾ ਦੀ ਪੇਂਟਿੰਗ ਲੱਗੀ ਆ ਜਿਸ ਨੂੰ ਦੁਨੀਆ ਦੇਖਣ ਆਉਂਦੀ ਆ, ਲੱਖਾਂ ਲੋਕ ਦੇਖਣ ਆਉਂਦੇ ਨੇ। ਇਹ ਕਿਹਾ ਜਾਂਦਾ ਕਿ ਮੋਨਾਲੀਜ਼ਾ ਪੇਂਟਿੰਗ ਇਜ਼ ਦ ਬੈਸਟ ਨੋਨ, ਦ ਮੋਸਟ ਵਿਜ਼ਿਟਡ, ਦ ਮੋਸਟ ਰਿਟਨ ਅਬਾਊਟ, ਦ ਮੋਸਟ ਸੰਗ ਅਬਾਊਟ, ਦ ਮੋਸਟ ਪੈਰੋਡਿਡ ਵਰਕ ਆਫ ਆਰਟ ਇਨ ਦ ਵਰਲਡ। ਦੁਨੀਆ ਇਸ ਨੂੰ ਦੇਖਦੀ ਆ, ਆਨੰਦਿਤ ਹੁੰਦੀ ਆ ਇਸ ਦੀ ਮਿਸਟੀਰੀਅਸ ਸਮਾਈਲ ਕਰਕੇ। ਅਤੇ ਅਜੇ ਇਹ ਭੇਦ ਬਣਿਆ ਹੋਇਆ ਕਿ ਇਹ ਮੋਨਾਲੀਜ਼ਾ ਲਿਓਨਾਰਡੋ ਨੇ ਕਿਸ ਦੀ ਬਣਾਈ, ਕਿਸ ਲਈ ਬਣਾਈ, ਜਾਂ ਉਹ ਕੌਣ ਸੀ ਜਿਹਦੀ ਇਹ ਤਸਵੀਰ ਬਣਾਈ। ਅਤੇ ਹੁਣ ਅਸੀਂ ਪਹੁੰਚ ਗਏ ਹਾਂ ਉਸ ਠਿਕਾਣੇ 'ਤੇ ਜਿੱਥੇ ਇਹ ਪੇਂਟਿੰਗ ਲਾਈ ਹੋਈ ਹੈ, ਜਿਸ ਨੂੰ ਲੱਖਾਂ ਲੋਕ ਦੇਖ ਰਹੇ ਨੇ, ਆਨੰਦਿਤ ਹੋ ਰਹੇ ਨੇ ਆਪਣੀ ਕਲਪਨਾ ਸ਼ਕਤੀ ਨਾਲ। ਉਹ ਮਿਸਟੀਰੀਅਸ ਸਮਾਈਲ ਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਜਿਹੀ ਕੀ ਖੂਬੀ ਆ ਜਿਸ ਸਦਕਾ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ ਬਣ ਗਈ, ਜਿਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾ ਰਿਹਾ। ਤੁਸੀਂ ਵੀ ਦੇਖੋ ਮੋਨਾਲੀਜ਼ਾ ਦੀ ਇਹ ਪੇਂਟਿੰਗ ਅਤੇ ਆਪਣੀ ਕਲਪਨਾ ਸ਼ਕਤੀ ਦੇ ਨਾਲ ਉਸ ਮਿਸਟੀਰੀਅਸ ਸਮਾਈਲ ਦਾ ਮੁਲਾਂਕਣ ਕਰੋ, ਆਨੰਦ ਲਵੋ।